ਖਿੱਚ ਲਓ ਥੱਲੇ ਬਹਿ ਕੇ ਸਾਰੇ, ਤੁਸੀਂ ਵੀ ਯਾਰ ਸੈੱਟ ਕਰਕੇ ਥੱਲੇ ਬਹਿ ਜਾ ਸਾਰੇ ਸਾਰੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜਾ ਯਾਰ ਸਾਰੇ ਤੁਸੀਂ ਇੱਥੇ ਬਹਿ ਜਾਓ, ਥੱਲੇ ਬਹਿ ਜਾਓ, ਥੱਲੇ 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 ਹੋ ਜਾਓ, ਥੱਲੇ ਥੱਲੇ। ਯਾਰ ਤੁਸੀਂ ਵੀ ਥੋੜੇ ਬਹਿ ਜਾਓ, ਸੈੱਟ ਕਰਕੇ ਫੋਟੋ ਖਿੱਚਣੀ ਬਹੁਤ ਹੈ। ਅੱਜ ਸਭ ਤੋਂ ਪਹਿਲੇ ਮੈਂ ਵਧਾਈ ਦਿੰਦਾ ਲੁਧਿਆਣਾ ਜ਼ਿਲ੍ਹੇ ਦੀ ਜਥੇਬੰਦੀ ਦਾ ਅੱਜ ਐਲਾਨ ਹੋਇਆ, ਮੈਂ ਸਾਰੇ ਅਹੁਦੇਦਾਰਾਂ ਨੂੰ ਵਧਾਈ ਦੇਣਾ ਤੇ ਇੱਕ ਅੱਜ ਬਹੁਤ ਜ਼ਿੰਮੇਵਾਰੀ ਤੁਹਾਡੇ ਮੋਢੇ ਤੇ ਪਾਈ ਹੈ। ਜਿਵੇਂ ਮੱਕੜ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਸੰਸਥਾ ਹੈ ਜਿਹਨੂੰ ਨਾ ਕੋਈ ਡਰਾ ਸਕੇ ਨਾ ਕੋਈ ਕਮਜ਼ੋਰ ਕਰ ਸਕੇ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਪੰਜਾਬੀਆਂ ਦੀ ਨੁਮਾਇੰਦਾ ਜਥੇਬੰਦੀ ਹੈ, ਹਿੰਦੁਸਤਾਨ ਵਿੱਚ ਦੂਜੇ ਨੰਬਰ ਤੇ ਸਭ ਤੋਂ ਪੁਰਾਣੀ ਪਾਰਟੀ ਹੈ। ਸਭ ਤੋਂ ਪੁਰਾਣੀ ਪਾਰਟੀ ਤਾਂ ਕਾਂਗਰਸ ਮੰਨੀ ਜਾਂਦੀ ਹੈ, ਪਰ ਉਦੋਂ ਨੇੜੇ 97 ਸਾਲ ਇਸ ਸਾਲ 98 ਸਾਲ ਹੋ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ। ਭਾਵੇਂ ਜਿੰਨੇ ਵੀ ਰੀਜਨਲ ਪਾਰਟੀਜ਼ ਹੈ, ਭਾਵੇਂ ਜਾਂ ਸੀਪੀਐਮ ਹੈ, ਉਹਨਾਂ ਦਾ ਵੀ ਜਨਮ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਹੋਇਆ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਐਜਾ ਕੁਰਬਾਨੀ ਭਰਿਆ ਇਤਿਹਾਸ ਹੈ, ਦੁਨੀਆ ਵਿੱਚ ਇੱਕੋ ਇੱਕ ਪਾਰਟੀ ਹੈ ਦੁਨੀਆ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਕਿਸੇ ਹੋਰ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ, ਕਿਉਂ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ, ਲੀਡਰਸ਼ਿਪ ਨੇ ਦੇਸ਼ ਖਾਤਰ ਕੌਮ ਖਾਤਰ ਸ਼ਹਾਦਤਾਂ ਵੀ ਦੇਣੀਆਂ ਪਈਆਂ ਤੇ ਹੱਸ ਹੱਸ ਕੇ ਦਿੱਤੀ। ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ, ਤੁਹਾਡੀ ਕੌਮ ਦੀ ਜਾਇਦਾਦ, ਕੌਮ ਦੀ ਜਾਇਦਾਦ ਹੈ। ਅੱਜ ਦਾਸ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਮੇਰੇ ਬਾਅਦ ਕੋਈ ਹੋਰ ਹੋਊਗਾ, ਉਹਦੇ ਬਾਅਦ ਕੋਈ ਹੋਰ ਹੋਊਗਾ, ਅਰੇ ਚੱਲਦਾ ਹੀ ਰਹਿਣਾ। ਇਸ ਕਰਕੇ ਤੁਸੀਂ ਦੇਖੋ ਜਿਹੜੀ ਕਾਂਗਰਸ ਪਾਰਟੀ ਸਹੀ ਮਾਇਨੇ ਤੇ ਆਪਣੇ ਪੰਜਾਬੀਆਂ ਦੇ ਕੌਮ ਦੀ ਦੁਸ਼ਮਣ ਪਾਰਟੀ ਹੈ, ਇਹਦਾ ਇੱਕੋ ਇੱਕ ਨਿਸ਼ਾਨਾ ਕਾਂਗਰਸ ਪਾਰਟੀ ਦਾ, ਕਿਵੇਂ ਨਾ ਕਿਵੇਂ ਝੂਠ ਬੋਲਣਾ ਪਏ, ਕੁਛ ਮਰਜ਼ੀ ਕਰਨਾ ਪਏ, ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ਾਂ ਚੱਲਦੀਆਂ ਰਹਿੰਦੀਆਂ, ਪਰ ਕਦੇ ਕਾਮਯਾਬ ਨਹੀਂ ਹੁੰਦੀਆਂ। ਸ਼੍ਰੋਮਣੀ ਅਕਾਲੀ ਦਲ ਦੀ ਹੋਰ ਖਾਸੀਅਤ ਹੈ, ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਉਨੀ ਤਕੜੀ ਹੋ ਕੇ ਪਾਰਟੀ ਖੜੀ ਹੁੰਦੀ ਹੈ। ਅੱਜ ਝੂਠੀ ਜੀ ਰਿਪੋਰਟ ਦਿੱਤੀ ਤੇ ਜਾਖੜ ਦਾ ਬਿਆਨ ਆ ਗਿਆ ਨਾਲ ਨਾਲ, ਕਹਿੰਦਾ ਹੁਣ ਤਾਂ ਪਿੰਡਾਂ ਜਵਾਨ ਨਹੀਂ ਦੇਵਾਂਗੇ। ਮੈਂ ਕਿਹਾ ਜਾਖੜ ਕੋਈ ਗੱਲ ਨਹੀਂ, ਤਿੰਨ ਦਿਨਾਂ ਤੇਰੇ ਪਿੰਡ ਹੀ ਆ ਰਹੇ, ਤੂੰ ਦੇਖ ਕਿੰਨੇ ਲੋਕੀ ਆਉਂਦੇ, ਤੁਸੀਂ ਦੇਖੋ ਪੰਜ ਕੋਸੀ ਮੈਂ ਗਿਆ ਜਾਖੜ ਦੇ ਪਿੰਡ ਗਿਆ, ਸਾਰੀ ਪੰਚਾਇਤ ਉੱਤੇ ਖੜੀ ਹੋਈ ਸਵਾਗਤ ਕਰਨ ਨੂੰ, ਸਾਰਾ ਪਿੰਡ ਖੜਾ ਹੋਇਆ। ਅਬੋਰ ਸ਼੍ਰੋਮਣੀ ਅਕਾਲੀ ਦਲ ਦਾ ਛੋਟਾ ਤੋਂ ਛੋਟਾ ਵਰਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਣਾ ਸੀਸ ਦੇ ਸਕਦਾ, ਛੋਟਾ ਤੋਂ ਛੋਟਾ ਵਰਕਰ ਵੀ। ਤੇ ਸਾਡੇ ਦੇ ਇਲਜ਼ਾਮ ਆਉਂਦੇ ਆ, ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦੇ ਇਲਜ਼ਾਮ ਆਉਂਦੇ,
ਮੈਨੂੰ ਲੱਗਦਾ ਮੈਥੋਂ ਜ਼ਿਆਦਾ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਜਾਣਦੇ ਹੋ। ਪੰਜਾਬ ਦਾ ਬੱਚਾ ਬੱਚਾ ਜਾਣਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੀਵਨ ਬਾਰੇ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇਹ ਇਨਸਾਨ ਹੈ, ਦੁਸ਼ਮਣ ਵੀ ਹੋਏ ਦੁਸ਼ਮਣ ਨੂੰ ਵੀ ਕੁਛ ਨਹੀਂ ਕਰਦੇ। ਮੈਨੂੰ ਯਾਦ ਹੈ ਜਦੋਂ ਮੁੱਖ ਮੰਤਰੀ ਨੇ, ਜੇ ਕੋਈ ਟੀਚਰ ਸੋਚਦੇ ਹੀ ਸੀ ਨਾ ਕਿ ਕੋਈ ਧਰਨਾ ਦੇਣਾ, ਪਹਿਲੇ ਹੀ ਬੁਲਾ ਲੈਂਦੇ ਸੀ, ਦੱਸੋ ਕਿਆ ਗੱਲ ਕੀ ਹੈ, ਗੁੱਸੇ ਕਿਉਂ? ਇਹ ਜੇ ਸੋਚ ਵਾਲੇ ਇਨਸਾਨ ਬਹੁਤ ਘੱਟ ਦੁਨੀਆਂ 'ਚ ਪੈਦਾ ਹੁੰਦੇ ਆ, ਜਿਵੇਂ ਬਾਦਲ ਸਾਹਿਬ ਦੀ ਸੋਚ ਹੈ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਇਲੈਕਸ਼ਨ ਆਇਆ, ਮੈਂ ਬਾਦਲ ਪਿੰਡ ਸੀ, ਮੇਰੇ ਪਿਤਾ ਬਾਦਲ ਸਾਹਿਬ ਨਾਲ ਦੇ ਕਮਰੇ ਸੀ। ਸਵੇਰੇ 8:30 ਵਜੇ ਬਾਦਲ ਸਾਹਿਬ ਨੂੰ ਟੈਲੀਫੋਨ ਆਇਆ ਸਾਡੇ ਵਰਕਰਾਂ ਦਾ ਕਿ SSP ਮੁਕਤਸਰ ਨਾਲ ਲੱਗ ਕੇ ਬੂਥਾਂ ਤੇ ਕਬਜ਼ੇ ਕਰਾਈ ਜਾਂਦੇ ਤੇ ਸਾਡੇ ਵਰਕਰਾਂ ਨੂੰ ਕੁੱਟ ਕੁੱਟ ਕੇ ਬਾਹਰ ਭੇਜ ਰਿਹਾ। ਬਾਦਲ ਸਾਹਿਬ ਨੇ ਉਦੋਂ DGP ਨਾਲ ਗੱਲ ਕੀਤੀ, IG ਨਾਲ ਗੱਲ ਕੀਤੀ, 8-10 ਘੰਟੇ ਦੀ ਗੱਲ ਕੀਤੀ ਤੇ ਸਾਰੇ ਹੱਥ ਖੜੇ ਕਰ ਗਏ, ਕਿਉਂਕਿ ਜੀ ਉੱਤੋਂ ਇਸ਼ਾਰਾ ਸੀ ਕਿ ਕਬਜ਼ਾ ਕਰੋ। 8:30 ਵਜੇ ਇੱਕ ਪਿੰਡ, ਦੂਜਾ ਪਿੰਡ ਕਬਜ਼ਾ, ਫਿਰ 9:30-9 ਵਜੇ ਤੱਕ ਤਕਰੀਬਨ 10-15 ਪਿੰਡਾਂ 'ਚ ਕੁੱਟ ਕੁੱਟ ਕੇ ਉਹਨਾਂ ਨੇ ਵਰਕਰ। ਅੱਛਾ, ਮੈਨੂੰ ਜ਼ਿਆਦਾ ਪਤਾ ਨਹੀਂ ਸੀ, ਮੈਂ ਦੂਜੇ ਪਾਸੇ ਕਮਰੇ ਸੀ, ਮੇਰੇ ਕੋਲ ਆਏ ਕਮਰੇ 'ਚ, ਕਹਿੰਦੇ ਜ਼ਗਵੀਰ ਮੈਂ ਚੱਲਿਆ। ਮੈਂ ਕਿਹਾ ਜੀ ਅੱਜ ਤਾਂ ਵੋਟਾਂ, ਤੁਸੀਂ ਕਿੱਥੇ ਚੱਲੇ ਹੋ? ਕਹਿੰਦੇ ਜੀ ਮੈਂ, ਮੇਰੇ ਵਰਕਰਾਂ ਤੇ ਹਮਲਾ ਹੋ ਰਿਹਾ, ਮੈਂ ਘਰੇ ਨਹੀਂ ਬਹਿ ਸਕਦਾ। ਤੁਸੀਂ ਦੇਖੋ 93 ਸਾਲ ਪੁਰਾਣਾ। ਮੈਂ ਕਿਹਾ ਜੀ ਤੁਸੀਂ ਫੇਰ ਕਿਹੜਾ, ਆਪਾਂ ਇਕੱਠੇ ਚੱਲਦੇ ਹਾਂ, ਬਾਦਲ ਸਾਹਿਬ ਆਪ ਬਹਿ ਕੇ ਗੱਡੀ 'ਚ। ਕਹਿੰਦੇ ਯਾਰ ਮੈਂ ਸੇਵਾਦਾਰ ਹਾਂ ਪਾਰਟੀ ਦਾ, ਜੇ ਮੇਰੇ ਹੁੰਦੇ ਮੇਰੇ ਵਰਕਰਾਂ ਨੂੰ ਆਉਣ ਚਾਹੇ ਤੇ ਅੱਗੇ ਲੱਗ ਕੇ, ਬਾਦਲ ਸਾਹਿਬ ਆਪ ਅੱਗੇ ਮੇਰੇ ਨਾਲ ਸੀ ਅੱਗੇ, ਨਹੀਂ ਤਾਂ ਇਸ ਉਮਰ 'ਚ ਬੰਦਾ ਕਹਿੰਦਾ ਯਾਰ ਮੈਂ ਕਰਨਾ, ਪਰ ਨਹੀਂ, SSP ਨੂੰ ਤੇ ਸਾਰੇ ਫੋਰਸ ਨੂੰ ਭਜਾ ਕੇ ਸਾਰੇ ਪਿੰਡਾਂ 'ਚ ਕੱਢਿਆ। ਆ ਸੋਚ ਹੈ ਬਾਦਲ ਸਾਹਿਬ ਦੀ ਆਪਣੀ ਪਾਰਟੀ ਦੀ। ਮੈਂ ਤੁਹਾਨੂੰ ਸਹੀ ਦੱਸਾਂ, ਮੇਰੇ ਪਿਤਾ ਬਾਦਲ ਸਾਹਿਬ ਇੱਕ ਇਹੋ ਜਿਹੇ ਇਨਸਾਨ ਹੈ, ਉਹ ਸੁਖਬੀਰ ਸਿੰਘ ਬਾਦਲ ਨੂੰ ਘੱਟ ਪਿਆਰ ਕਰਦੇ ਆ, ਤੁਹਾਨੂੰ ਜ਼ਿਆਦਾ ਕਰਦੇ ਆ। ਸਹੀ ਮਣੇ ਤੇ ਉਹਨਾਂ ਦਾ ਰਿਸ਼ਤਾ ਪਰਿਵਾਰ ਨਾਲ ਤਾਂ ਬਿਲਕੁਲ ਹੀ ਹੈ ਨਹੀਂ ਹੈ, ਰਿਸ਼ਤਾ ਸੰਗਤ ਨਾਲ। ਮੈਂ ਹੁਣੀ ਦੱਸ ਰਿਹਾ ਸੀ, ਸਾਰੇ ਸਾਡੇ MLA ਸਾਹਿਬਾਨ ਬੈਠੇ ਸੀ ਮੀਟਿੰਗ ਤੋਂ ਪਹਿਲੇ। ਮੈਂ ਕਿਹਾ ਜੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਇਲੈਕਸ਼ਨ ਹੋਏ ਨੂੰ ਮੈਨੂੰ ਲੱਗਦਾ ਹਫ਼ਤਾ ਹੀ ਲੱਗਦਾ ਹੋਏ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਇਕੱਲੇ MLA ਹੋਣੇ ਹੈ ਜਿਹਨਾਂ ਨੇ 7 ਦਿਨਾਂ ਦੇ ਅੰਦਰ ਅੰਦਰ ਸਾਰੇ 65 ਪਿੰਡਾਂ ਜਾ ਕੇ ਧੰਨਵਾਦ ਵੀ ਕਰਿਆ ਪਿੰਡ ਪਿੰਡ ਜਾ ਕੇ ਵਰਕਰਾਂ ਦਾ। ਹੁਣ ਰੈਲੀ ਹੈ, ਦੇਖੋ ਪਟਿਆਲੇ ਜ਼ਿਲ੍ਹੇ ਦੇ ਸਾਰੇ ਅਸੈਂਬਲੀ ਹਲਕਿਆਂ 'ਚ ਆਪ ਗਏ, ਕਿਉਂਕਿ ਆ ਉਸ ਜ਼ੁਲਮ ਦੇ ਖਿਲਾਫ, ਮੇਰੇ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਜ਼ੁਲਮ ਦੇ ਖਿਲਾਫ ਹੀ ਲੜਾਈ ਲੜੀ ਹੈ। ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਤਾ ਨੂੰ, ਕੌਮ ਨੂੰ ਪਿੱਠ ਨਹੀਂ ਦਿਖਾਈ, ਜਦੋਂ ਜ਼ੁਲਮ ਹੁੰਦਾ ਹੈ ਭਾਵੇਂ ਕਿੰਨਾ ਵੱਡਾ ਤਾਕਤਵਰ ਵੀ ਹੋਏ, ਛਾਤੀ ਤਾਣ ਕੇ ਉਹਨਾਂ ਨਾਲ ਲੜਾਈ ਲੜੀ ਹੈ। ਤੋ ਇਸ ਕਰਕੇ ਜਿਹੜਾ ਜਬਰ ਦੇ ਵਿਰੋਧ ਦੇ ਵਿੱਚ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੈ, ਮੈਨੂੰ ਪ੍ਰੈਸ ਵਾਲੇ ਪੁੱਛ ਰਹੇ ਸੀ ਰੈਲੀ ਬਾਰੇ, ਮੈਂ ਕਿਹਾ ਜੀ ਆ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨਹੀਂ, ਪੰਜਾਬ ਦੀ ਜਨਤਾ ਦਾ ਇਕੱਠ ਹੋਣਾ, ਉੱਥੇ ਪੰਜਾਬ ਦੀ ਜਨਤਾ ਦਾ, ਪੰਜਾਬ ਦੀ ਜਨਤਾ ਜੋ ਰੋਸ ਹੈ, ਜੋ ਗੁੱਸਾ ਹੈ, ਤੁਸੀਂ ਦੇਖ ਲਓ। 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ, ਮੈਨੂੰ ਲੱਗਦਾ 500-700 ਵਾਰ ਮੈਂ ਬਾਦਲ ਸਾਹਿਬ ਇੱਥੇ ਲੁਧਿਆਣੇ ਆਏ ਹੋਣੇ, ਮਤਲਬ 500-700 ਵਾਰ ਤੋਂ ਵੱਧ ਮੈਂ ਆਇਆ ਹੋਣਾ ਇੱਥੇ। ਹੁਣ ਪੌਣੇ 2 ਸਾਲ ਹੋ ਗਏ, ਕੈਪਟਨ ਕਿੰਨੀ ਵਾਰ ਆਇਆ? ਤੁਸੀਂ ਦੇਖ ਲਓ ਅਖਬਾਰ, ਤੁਸੀਂ ਕਿਤੇ ਖਬਰ ਨਹੀਂ ਪੜੋਗੇ ਅੱਜ ਕੈਪਟਨ ਕਿੱਥੇ ਹੈ, ਜਾਂ ਇੱਥੇ ਹੈ, ਜਾਂ ਉੱਥੇ ਹੈ। ਇੱਕ ਜਦੋਂ ਵੀ ਕੋਈ ਇਤਿਹਾਸਿਕ ਦਿਨ ਹੁੰਦੇ ਹੈ ਜਾਂ ਸ਼ੁਭ ਦਿਹਾੜੇ ਆਉਂਦੇ ਹੈ, ਮੁੱਖ ਮੰਤਰੀ ਸਾਹਿਬ ਉੱਥੇ ਉਸ ਦਿਹਾੜਾ ਨੂੰ ਮਨਾਉਣ ਵਾਸਤੇ ਜ਼ਰੂਰ ਜਾਂਦੇ। ਇਤਿਹਾਸ ਹੈ ਪੰਜਾਬ ਦਾ,
ਆ ਡੇਢ ਪੌਣੇ ਦੋ ਸਾਲ ਆ ਗਿਆ, ਜੋ ਮਰਜ਼ੀ ਸ਼ੁਭ ਦਿਨ ਹੈ, ਜੋ ਮਰਜ਼ੀ ਇਤਿਹਾਸਿਕ ਦਾ ਹੈ, ਇਹਨੇ ਨਹੀਂ ਆਪਣੇ ਘਰੋਂ ਬਾਹਰ ਨਿਕਲਣਾ। ਪੂਰੇ ਪੌਣੇ ਦੋ ਸਾਲ, ਚਾਰ ਜਾਂ ਪੰਜ ਦਿਨ ਆਪਣੇ ਦਫ਼ਤਰ ਗਿਆ, ਚਾਰ ਜਾਂ ਪੰਜ ਦਿਨ ਆਪਣੇ ਦਫ਼ਤਰ। ਇਸ ਕਰਕੇ ਮੈਂ ਸਾਰਿਆਂ ਨੂੰ ਵਰਕਰਾਂ ਨੂੰ ਬੇਨਤੀ ਕਰਨਾ, 7 ਤਰੀਕ ਹੁਣ ਤਾਂ ਜੰਗ ਇਹਨਾਂ ਦੇ ਖਿਲਾਫ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਮਰਜ਼ੀ ਤੀਰ ਸਿੱਟੀ ਜਾਣ, ਹੁਣ ਤਾਂ ਪੰਜਾਬ ਦੀ ਜਨਤਾ ਨੇ ਉਹ ਤੀਰਾਂ ਨੂੰ ਫੁੱਲ ਬਣਾ ਦੇਣਾ ਹੈ। ਪੰਜਾਬ ਦੀ ਜਨਤਾ, ਕੌਮ ਨੂੰ ਪਤਾ ਹੈ ਕਿ ਸੱਚਾ ਕੌਣ ਹੈ, ਝੂਠਾ ਕੌਣ ਹੈ। ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਅਸਲੀ ਕੌਣ ਹੈ, ਨਕਲੀ ਕੌਣ ਹੈ। ਤੋ ਇਸ ਕਰਕੇ ਸਾਨੂੰ ਮਾਣ ਹੈ ਤੁਹਾਡੇ ਤੇ, ਤੇ ਮੈਂ ਬੇਨਤੀ ਕਰਦਾ 7 ਤਰੀਕ ਨੂੰ ਸਾਰੇ ਵਰਕਰ ਜਿੱਥੇ ਵੀ ਹੈ, ਕੋਈ ਵੀ ਸਾਧਨ ਤੁਹਾਡੇ ਕੋਲ ਹੈ, ਪਹੁੰਚਣਾ ਹੀ ਪਹੁੰਚਣਾ, ਤੇ ਉਹਨੂੰ ਦਿਖਾ ਦੇਣਾ ਕਿ ਕਿੰਨਾ ਗੁੱਸਾ ਉਸ ਮੁੱਖ ਮੰਤਰੀ ਨੂੰ, ਜਿਹੜਾ ਸੋਚਦਾ ਕਿ ਹੁਣ ਮੈਂ ਮੁੱਖ ਮੰਤਰੀ ਬਣਨਾ, ਮੇਰੀ ਜ਼ਿੰਮੇਵਾਰੀ ਕੋਈ ਨਹੀਂ। ਮੁੱਖ ਮੰਤਰੀ ਹੈ ਤਾਂ ਜ਼ਿੰਮੇਵਾਰੀ ਸੰਭਾਲੀ ਪੈਣੀ ਹੈ, ਪੈਣੀ ਹੈ। ਤੋ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਹੁਣ ਸਾਡੀ MLA ਦੀ ਮੀਟਿੰਗ ਵੀ ਹੈ, ਸਾਰੇ ਡਿਸਟ੍ਰਿਕਟ ਲੁਧਿਆਣੇ ਦੀ ਲੀਡਰਸ਼ਿਪ ਵਰਕਰ ਸਭਾ, ਸਾਰੇ ਅਹੁਦੇਦਾਰ ਸਭਾ ਆਏ। ਸ਼੍ਰੋਮਣੀ ਅਕਾਲੀ ਦਲ ਦਾ ਹਰ ਵਫ਼ਾਦਾਰ ਸਿਪਾਹੀ ਨੇ ਉੱਥੇ ਪਹੁੰਚਣਾ ਹੀ ਪਹੁੰਚਣਾ, ਕੋਈ ਮਰਜ਼ੀ ਸਾਧਨ ਕਰਨਾ ਪਏ ਤੁਹਾਨੂੰ ਪਹੁੰਚਣਾ ਹੀ ਪਹੁੰਚਣਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਸਾਰੀ ਸੰਗਤ ਨੂੰ, ਬੇਨਤੀ ਹੈ ਵੀ ਗੱਲ ਸੁਣ ਕੇ ਜਾਂ ਜ਼ਰੂਰ। ਜਿਹੜੀ ਪਟਿਆਲੇ ਵਿਖੇ ਰੈਲੀ ਆ, ਉਹ ਤੇ ਜਾਖੜ ਦਾ ਬਿਆਨ ਆ ਗਿਆ ਨਾਲ ਦੇ ਨਾਲ, ਕਹਿੰਦਾ ਹੁਣ ਤਾਂ ਪਿੰਡਾਂ ਚ ਵੰਡ ਨਹੀਂ ਦੇਵਾਂਗੇ। ਮੈਂ ਕਿਹਾ ਜਾਖੜ ਕੋਈ ਗੱਲ ਨੀ, 3 ਦਿਨਾਂ ਤੇਰੇ ਪਿੰਡ ਹੀ ਆ ਰਹੇ, ਤੂੰ ਦੇਖ ਕਿੰਨੇ ਲੋਕੀ ਆਉਂਦੇ। ਤੁਸੀਂ ਦੇਖੋ 5 ਕੋਸੀ ਮੈਂ ਗਿਆ ਜਾਖੜ ਦੇ ਪਿੰਡ, ਗਿਆ ਸਾਰੀ ਪੰਚਾਇਤ ਉੱਤੇ ਖੜੀ ਹੋਈ ਸਵਾਗਤ ਕਰਨ, ਸਾਰਾ ਪਿੰਡ ਖੜਾ ਹੋਇਆ। ਅਬੋਰ ਕੱਟ ਦੇਖਣਾ ਸੀ, ਜੋਸ਼ ਫਰੀਦਕੋਟ ਦੇਖਣਾ ਸੀ, ਕਿਉਂਕਿ ਵਰਕਰਾਂ ਵਿੱਚ ਜਜ਼ਬਾ ਗੁੱਸਾ ਸੀ ਕਿ ਸਾਡੇ ਉੱਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਛੋਟਾ ਤੋਂ ਛੋਟਾ ਵਰਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਇੱਕ ਆਪਣਾ ਸੀਸ ਦੇ ਸਕਦਾ, ਛੋਟਾ ਤੋਂ ਛੋਟਾ ਵਰਕਰ ਵੀ। ਤੇ ਸਾਡੇ ਤੇ ਇਲਜ਼ਾਮ ਆਉਂਦੇ ਹੈ, ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦੇ ਇਲਜ਼ਾਮ ਆਉਂਦੇ ਹੈ। ਮੈਨੂੰ ਲੱਗਦਾ ਮੈਥੋਂ ਜ਼ਿਆਦਾ ਤੁਸੀਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਜਾਣਦੇ ਹੋ। ਪੰਜਾਬ ਦਾ ਬੱਚਾ ਬੱਚਾ ਜਾਣਦਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ, ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਜੀਵਨ ਬਾਰੇ। ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਇਹ ਇਨਸਾਨ ਹੈ, ਦੁਸ਼ਮਣ ਵੀ ਹੋਏ ਦੁਸ਼ਮਣ ਨੂੰ ਵੀ ਕੁਛ ਨਹੀਂ ਕਰਦੇ। ਮੈਨੂੰ ਯਾਦ ਹੈ ਜਦੋਂ ਮੁੱਖ ਮੰਤਰੀ ਨੇ, ਜੇ ਕੋਈ ਟੀਚਰ ਸੋਚਦੇ ਹੀ ਸੀ ਨਾ ਕਿ ਕੋਈ ਧਰਨਾ ਦੇਣਾ, ਪਹਿਲੇ ਹੀ ਬਣਾ ਲੈਂਦੇ ਸੀ, ਦੱਸੋ ਕਿਆ ਗੱਲ ਕੀ ਹੈ, ਗੁੱਸੇ ਕਿਉਂ? ਇਹ ਜੇ ਸੋਚ ਵਾਲੇ ਇਨਸਾਨ ਬਹੁਤ ਘੱਟ ਦੁਨੀਆਂ 'ਚ ਪੈਦਾ ਹੁੰਦੇ ਆ, ਜਿਵੇਂ ਬਾਦਲ ਸਾਹਿਬ ਦੀ ਸੋਚ ਹੈ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਇਲੈਕਸ਼ਨ ਆਇਆ, ਮੈਂ ਬਾਦਲ ਪਿੰਡ ਸੀ, ਮੇਰੇ ਪਿਤਾ ਬਾਦਲ ਸਾਹਿਬ ਨਾਲ ਦੇ ਕਮਰੇ ਸੀ। ਸਵੇਰੇ 8:30 ਵਜੇ ਬਾਦਲ ਸਾਹਿਬ ਨੂੰ ਟੈਲੀਫੋਨ ਆਇਆ ਸਾਡੇ ਵਰਕਰਾਂ ਦਾ ਕਿ SSP ਮੁਕਤਸਰ ਨਾਲ ਲੱਗ ਕੇ ਬੂਥਾਂ ਤੇ ਕਬਜ਼ੇ ਕਰਾਈ ਜਾਂਦੇ ਤੇ ਸਾਡੇ ਵਰਕਰਾਂ ਨੂੰ ਕੁੱਟ ਕੁੱਟ ਕੇ ਬਾਹਰ ਭੇਜ ਰਿਹਾ। ਬਾਦਲ ਸਾਹਿਬ ਨੇ ਉਦੋਂ DGP ਨਾਲ ਗੱਲ ਕੀਤੀ, IG ਨਾਲ ਗੱਲ ਕੀਤੀ, 8-10 ਘੰਟੇ 'ਚ ਗੱਲ ਕੀਤੀ ਤੇ ਸਾਰੇ ਹੱਥ ਖੜੇ ਕਰ ਗਏ, ਕਿਉਂਕਿ ਜੀ ਉੱਤੋਂ ਇਸ਼ਾਰਾ ਸੀ ਕਿ ਕਬਜ਼ਾ ਕਰੋ। 8:30 ਵਜੇ ਇੱਕ ਪਿੰਡ, ਦੂਜਾ ਪਿੰਡ ਕਬਜ਼ਾ, ਫਿਰ 9:30-9 ਵਜੇ ਤੱਕ ਤਕਰੀਬਨ 10-15 ਪਿੰਡਾਂ 'ਚ ਕੁੱਟ ਕੁੱਟ ਕੇ ਉਹਨਾਂ ਨੇ ਵਰਕਰ। ਅੱਛਾ, ਮੈਨੂੰ ਜ਼ਿਆਦਾ ਪਤਾ ਨਹੀਂ ਸੀ, ਮੈਂ ਦੂਜੇ ਪਾਸੇ ਕਮਰੇ ਸੀ, ਮੇਰੇ ਕੋਲ ਆਏ ਕਮਰੇ 'ਚ, ਕਹਿੰਦੇ ਜ਼ਖਬੀਰ ਮੈਂ ਚੱਲਿਆ। ਮੈਂ ਕਿਹਾ ਜੀ ਅੱਜ ਤਾਂ ਵੋਟਾਂ, ਤੁਸੀਂ ਕਿੱਥੇ ਚੱਲੇ ਹੋ? ਕਹਿੰਦੇ ਜੀ ਮੈਂ ਮੇਰੇ ਵਰਕਰਾਂ ਦੇ
हमला हो रहा मैं घरे नहीं बह सकता। तुम देखो 93 साल मैं कह जी फिर कट्ठे चलते हैं बादल साहब आप बह के गड्डी कहते यार मैं सेवादार हूं पार्टी का जे मेरे होंगे मेरे वर्कर आन चाहे तो अगे लग के बादल साहब आप अगे मेरे नाल सी अगे नहीं तो इस उम्र का बंदा कहता यार मैं करना पर नहीं एस एस पी सारे फोर्स भजा के सारे पिंडा चू क्या सोच है बादल साहब की अपनी पार्टी का मैं तुम्हें सही दसा मेरे पिता बादल साहब एक ऐसे इंसान है वह सुखबीर सिंह बादल को घट प्यार करते हैं थोनू ज्यादा करते हैं सही मैंने दे ਉਹਨਾਂ ਦਾ ਰਿਸ਼ਤਾ ਪਰਿਵਾਰ ਨਾਲ ਤਾਂ ਬਿਲਕੁਲ ਹੀ ਹੈ ਨਹੀਂ ਹੈ ਰਿਸ਼ਤਾ ਸੰਗਤ ਨਾਲ ਮੈਂ ਹੁਣੀ ਦੱਸ ਰਿਹਾ ਸੀ ਸਾਰੇ ਸਾਡੇ MLA ਸਾਹਿਬਾਨ ਬੈਠੇ ਸੀ ਮੀਟਿੰਗ ਤੋਂ ਪਹਿਲੇ ਮੈਂ ਕਿਹਾ ਜੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭ ਦੀ ਇਲੈਕਸ਼ਨ ਹੋਏ ਨੂੰ ਮੈਨੂੰ ਲੱਗਦਾ ਹਫ਼ਤਾ ਹੀ ਦਾ ਦਿਨ ਹੋਏ ਸਾਹਿਬ ਪ੍ਰਕਾਸ਼ ਸਿੰਘ ਬਾਦਲ ਇਕੱਲੇ MLA ਹੋਣੇ ਹੈ ਜਿਨ੍ਹਾਂ ਨੇ 7 ਦਿਨਾਂ ਦੇ ਅੰਦਰ ਅੰਦਰ ਸਾਰੇ 65 ਪਿੰਡਾਂ ਜਾ ਕੇ ਧੰਨਵਾਦ ਵੀ ਕਰਿਆ ਪਿੰਡ ਪਿੰਡ ਜਾ ਕੇ ਵਰਕਰਾਂ ਦਾ श्रोमणी अकाली दल ने सदा जुल्म के खिलाफ ही लड़ाई लड़ी है कि श्रोमणी अकाली दल ने जनता कौम पिट नहीं दिखाई जो जुल्म होंगे भावे कि ताकतवर भी होए छाती तान के उन्होंने लड़ाई लड़ी है तो इस करके जिहड़ा जबर दे विरोध दे विच आपां श्रोमणी अकाली दल दी रैली है मैनूं प्रैस वाले पुछ रहे सी रैली बारे मैं कहा जी आज श्रोमणी अकाली दल दी रैली नहीं पंजाब दी जनता दा कट होना उत्ते पंजाब दी जनता दा पंजाब दी जनता जो रोस है जो गुस्सा है ਤੁਸੀਂ ਦੇਖ ਲਓ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ ਮੈਨੂੰ ਲੱਗਦਾ 500-700 ਵਾਰ ਮੈਂ ਬਾਦਲ ਸਾਹਿਬ ਇੱਥੇ ਲੁਧਿਆਣੇ ਆਏ ਹੋਣੇ ਮੈਨੂੰ ਲੱਗਦਾ 500 ਤੋਂ ਬਾਅਦ ਤੋਂ ਵੱਧ ਮੈਂ ਆਇਆ ਹੋਣਾ ਇੱਥੇ ਹੁਣ ਪੌਣੇ 2 ਸਾਲ ਹੋ ਗਏ ਕੈਪਟਨ ਕਿੰਨੀ ਵਾਰ ਆਇਆ ਤੁਸੀਂ ਦੇਖ ਲਓ ਅਖਬਾਰ ਤੁਸੀਂ ਕਿਤੇ ਖਬਰ ਨਹੀਂ ਪੜੋਗੇ ਅੱਜ ਕੈਪਟਨ ਕਿੱਥੇ ਹੈ ਜਾਂ ਇੱਥੇ ਹੈ ਜਾਂ ਉੱਥੇ ਹੈ ਇੱਕ ਜਦੋਂ ਵੀ ਕੋਈ ਇਤਿਹਾਸਿਕ ਦਿਨ ਹੁੰਦੇ ਹੈ ਜਾਂ ਸ਼ੁਰੂ ਸ਼ੁਭ ਦਿਹਾੜੇ ਆਉਂਦੇ ਹੈ ਮੁੱਖ ਮੰਤਰੀ ਸਾਹਿਬ ਉੱਥੇ ਉਸ ਦਿਹਾੜਾ ਨੂੰ ਮਨਾਉਣ ਵਾਸਤੇ ਜ਼ਰੂਰ ਜਾਂਦੇ ਇਤਿਹਾਸ ਹੈ ਪੰਜਾਬ ਦਾ ਆ 1.5-2 ਸਾਲ ਆ ਗਿਆ ਜੋ ਮਰਜ਼ੀ ਸ਼ੁਭ ਦਿਨ ਹੈ ਜੋ ਮੰਦੀ ਇਤਿਹਾਸਿਕ ਦਾ ਹੈ ਇਹਨੇ ਨਹੀਂ ਆਪਣੇ ਘਰੋਂ ਬਾਹਰ ਨਿਕਲਣਾ ਪੂਰੇ 1.5-2 ਸਾਲ 4 ਜਾਂ 5 ਦਿਨ ਆਪਣੇ ਦਫ਼ਤਰ ਗਿਆ 4 ਜਾਂ 5 ਦਿਨ ਆਪਣੇ ਦਫ਼ਤਰ ਇਸ ਕਰਕੇ ਮੈਂ ਸਾਰਿਆਂ ਨੂੰ ਵਰਕਰਾਂ ਨੂੰ ਬੇਨਤੀ ਕਰਨਾ 7 ਤਰੀਕ ਹੁਣ ਤਾਂ ਜੰਗ ਇਹਨਾਂ ਦੇ ਖਿਲਾਫ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਮਰਜ਼ੀ ਤੀਰ ਸਿੱਟੀ ਜਾਣ ਹੁਣ ਤਾਂ ਪੰਜਾਬ ਦੀ ਜਨਤਾ ਨੇ ਉਹ ਤੀਰਾਂ ਨੂੰ ਫੁੱਲ ਬਣਾ ਦੇਣਾ ਹੈ ਪੰਜਾਬ ਦੀ ਜਨਤਾ ਕੌਮ ਨੂੰ ਪਤਾ ਹੈ ਕਿ ਸੱਚਾ ਕੌਣ ਹੈ ਝੂਠਾ ਕੌਣ ਹੈ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਅਸਲੀ ਕੌਣ ਹੈ ਨਕਲੀ ਕੌਣ ਹੈ तो इस करके सानू मान है थोड़े ते ते मैं बेनती करना 7 तरीक नू सारे वर्कर जिथे भी है कोई भी साधन थोड़े कोले है पहुंचना ही पहुंचना ते उन्हें दिखा देना है कि कितना गुस्सा उस मुख्यमंत्री नू जिहड़ा सोचता है कि हुण मुख्यमंत्री बनना मेरे जिम्मेवारी कोई नहीं मुख्यमंत्री हैं तो जिम्मेवारी संभालनी पैनी है तो इस करके मैं ज्यादा समय नहीं लेना हूं साड़ी MLA ने मीटिंग भी है सारे डिस्ट्रिक्ट लुधियाने की लीडरशिप वर्कर सभा सारे अहुदेदार सभा आए हैं श्रोमणी अकाली दल तक हर पपदार सफाई ने उत्थे पहुंचना ही पहुंचना है कोई मर्जी साधन करना पे थोड़ा पहुंचना ही पहुंचना है बहुत बहुत धन्यवाद वाहेगुरु जी का खालसा वाहेगुरु जी की फतह एक बेनती है सारी संगत को बेनती है भी गल सुन के जा जरूर जिहड़ी पटियाले विखे रैली आ